ਇਥੋਂ ਤੱਕ ਇੱਕ ਲਫ਼ਜ਼ ਵਿੱਚ ਇਸ਼ਾਰਾ ਕੀਤਾ, ਕਹਿਣ ਲੱਗੇ ਹੇ ਮੇਰੇ ਰੱਬ ਮੇਰੇ ਤੇ ਰਹਿਮਤ ਕਰ, ਮੇਰੇ ਤੇ ਕਿਰਪਾ ਕਰ, ਮੈਨੂੰ ਸੰਗਤ ਦੇ, ਪਰ ਸੰਗਤ ਉਹ ਦੇਈ ਜਿਹੜੀ ਤੈਨੂੰ ਪਿਆਰੀ ਹੋਵੇ। ਇੱਕ ਸ਼ਰਤ ਰੱਖ ਦਿੱਤੀ, ਹਰ ਸੰਗਤ ਨਹੀਂ, ਸੰਗਤ ਦਾ ਗੁਣ ਹੈ ਉਹ ਤੇ ਮਨੁੱਖ ਦਾ ਜੀਵਨ ਬਦਲ ਸਕਦੀ ਹੈ। ਜੇ ਕਿਸੇ ਬੰਦਗੀ ਕਰਨ ਵਾਲੇ ਦੀ, ਗੁਰਸਿੱਖ ਦੀ ਸੰਗਤ ਕਿਸੇ ਦਾ ਜੀਵਨ ਗੁਰਸਿੱਖ ਬਣਾਉਂਦੀ ਹੈ, ਤੇ ਕਿਸੇ ਪਾਪੀ ਗੁਨਾਹਗਾਰ ਦੀ, ਕਲੱਬ ਵਿੱਚ ਜਾਣ ਵਾਲੇ ਦੀ ਸੰਗਤ ਕਿਸੇ ਨੂੰ ਕਲੱਬ ਵੱਲ ਵੀ ਤੋਰ ਸਕਦੀ ਹੈ। ਸੰਗਤ ਦਾ ਗੁਣ ਹੈ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਸ ਲਈ ਇੱਕ ਅਰਦਾਸ ਦਾ ਲਫ਼ਜ਼ ਜੋੜਿਆ, ਕਹਿਣ ਲੱਗੇ ਹਮ ਉੱਪਰ ਕਿਰਪਾ ਕਰ ਸਵਾਮੀ, ਹਮ ਉੱਪਰ ਕਿਰਪਾ ਕਰ ਸਵਾਮੀ, ਰੱਖ ਸੰਗਤ, ਮੈਨੂੰ ਸੰਗਤ ਵਿੱਚ ਰੱਖ। ਪਰ ਉਹ ਨਹੀਂ ਜਿਹਨੂੰ ਮੈਂ ਸਮਝ ਆਈ ਨਾ, ਜਿਹਨੂੰ ਮੈਂ ਸਮਝ ਹੀ ਨਾ, ਜਿਹੜੀ ਤੈਨੂੰ ਚੰਗੀ ਲੱਗਦੀ ਹੋਵੇ, ਜਿਹੜੀ ਤੇਰੇ ਨਾਲ ਪਿਆਰ ਰੱਖਦੀ ਹੋਵੇ, ਜਿਹੜੀ ਤੇਰੇ ਨਾਲ ਆਤਮਕ ਤੌਰ 'ਤੇ ਜੁੜੀ ਹੋਵੇ, ਮੈਂ ਉਹਨਾਂ ਦੀ ਉਸ ਦੀ ਸੰਗਤ ਵਿੱਚ ਬਹਿਣਾ ਚਾਹੁੰਦਾ। ਹਮ ਉੱਪਰ ਕਿਰਪਾ ਕਰ ਸਵਾਮੀ, ਰੱਖ ਸੰਗਤ, ਰੱਖ ਸੰਗਤ ਤੁਮ ਜੋ ਪਿਆਰੀ, ਤੁਮ ਜੋ ਪਿਆਰੀ ਨਿਤ ਜਾਏ ਬਹਾਤ ਜਾਏ ਬਹਾ ਸਤ ਸੰਗਤੀ। ਤਿਤ ਜਾਏ ਸਤ ਸੰਗਤੀ, ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲਾਈਐ, ਜਿੱਥੇ ਹਰ ਕਾ ਹਰ ਨਾਮ ਬਿਲਾਈਐ, ਸਹਿਜ ਹੀ ਹਰ ਨਾਮ ਲੇਹਾ, ਸਹਿਜ ਹੀ ਹਰ ਨਾਮ ਲੇਹਾ, ਹਰ ਤਤ ਨਾ ਖੋਈਐ, ਹਰ ਤਤ ਨਾ ਖੋਈਐ, ਸਤ ਸੰਗਤੀ ਤਿਤ ਜਾਏ ਬਹੁ, ਸਤ ਸੰਗਤੀ, ਸਤ ਸੰਗਤੀ, ਸਤ ਸੰਗਤੀ। ਇਸ ਲਈ ਅਰਜ਼ ਕੀਤੀ ਹੈ ਕਿ ਕਈ ਵਾਰ ਅਸੀਂ ਆਪਣੇ ਹੀ ਬੁਣੇ ਹੋਏ ਜਾਲ ਵਿੱਚ ਫਸੇ ਹੋਏ ਫਿਰ ਫਟ ਫਟਾਉਂਦੇ ਹਾਂ। ਹਰ ਵੀਰ ਆਪਣੇ ਆਪ ਵਿੱਚ ਝਾਤ ਮਾਰੇ ਕਿ ਜੇ ਉਹ ਸਮਝਦਾ ਹੈ ਮੈਂ ਸੰਗਤ ਰੂਪ ਧਾਰਨ ਕਰਨਾ, ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਬਦ ਦੇ ਅਨੁਕੂਲ ਆਪਣਾ ਜੀਵਨ ਢਾਲ ਲੈ। ਜੇ ਆਖੇ ਗੁਰੂ ਸ਼ਬਦ ਦੀ ਗੱਲ ਨਹੀਂ ਸੁਣਨੀ, ਜਿਉਣਾ ਮੈਂ ਆਪਣੀ ਮਰਜ਼ੀ ਨਾਲ ਹੈ ਜਾਂ ਕਿਸੇ ਭੇਖਧਾਰੀ ਦੀਆਂ ਗੱਲਾਂ ਦੇ ਆਧਾਰ 'ਤੇ ਜਿਉਣਾ, ਗੁਰੂ ਦੀ ਗੱਲ ਨਹੀਂ ਸੁਣਨੀ, ਫਿਰ ਵਿਸ਼ਵਾਸ ਕਰੋ
ਉਹ ਗੁਰਦੁਆਰੇ ਆ ਕੇ ਇੱਕ ਖੂਬਸੂਰਤ ਇਕੱਤਰਤਾ ਤਾਂ ਬਣ ਸਕਦਾ, ਲੇਕਿਨ ਸੰਗਤ ਦੀ ਅਥਾਰਟੀ ਨਹੀਂ ਬਣ ਸਕਦਾ। ਫੈਸਲਾ ਮੇਰਾ ਨਹੀਂ, ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਇਸੇ ਲਈ ਸਪਸ਼ਟ ਕਹਿ ਦਿੱਤਾ, ਉੱਤਮ ਸੰਗਤ ਉੱਤਮ ਹੋਵੇ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ। ਮਤਲਬ ਸੰਗਤ ਸੰਗਤ ਵਿੱਚ ਅੰਤਰ ਹੈ, ਉਹ ਵੀ ਸੰਗਤ ਹੈ ਜਿਹਨੂੰ ਆਖ ਦਿੱਤਾ ਬਗਲਾ ਕਾਗ ਨੀਚ ਕੀ ਸੰਗਤ ਜਾਏ ਕੁਰੰਗ ਬਿਖੂ ਮੁਖ ਲਾਈਏ। ਇਸ ਲਈ ਸੰਗਤ ਸ਼ਬਦ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਕੁਛ ਲੋਕ ਜਿਹੜੇ ਗੁਰਮਤ ਵਿੱਚ ਮੁਦਾਖਲਤ ਕਰਦੇ ਨੇ, ਕੇਵਲ ਸਾਡੇ ਇਸ ਅਣਗਹਿਲੀ ਨਾਲ ਕੀਤੇ ਹੋਏ ਫੈਸਲੇ ਨਾਲ। ਵੀ ਇੱਕ ਪਾਸੇ ਤਾਂ ਆਖ ਦਿੱਤਾ ਜੀ ਸੰਗਤ ਜਿਹੜੀ ਹੈ ਉਹ ਸਾਂਝੀ ਹੈ, ਸੰਗਤ ਅਤੇ ਪੰਗਤ ਦੀ ਸਾਂਝ ਹੈ, ਦੂਜੇ ਪਾਸੇ ਕਹਿ ਦਿੱਤਾ ਸੰਗਤ ਇੱਕੀ ਵਿਸਵੇ ਹੈ। ਗੁਰੂ ਨੇ ਸੰਗਤ ਬਣਾਈ, ਗੁਰੂ ਦੇ ਨਾਲ ਜੁੜ ਕੇ ਹੀ ਸੰਗਤ ਹੈ, ਗੁਰੂ ਦੇ ਹੁਕਮਾਂ ਅੰਦਰ। ਮੈਂ ਇਹ ਨਹੀਂ ਕਹਿੰਦਾ ਮੇਰੀ ਮਰਜ਼ੀ 'ਤੇ ਜਾਂ ਕਿਸੇ ਪ੍ਰਬੰਧਕ ਦੀ ਮਰਜ਼ੀ 'ਤੇ ਕੋਈ ਸੰਗਤ ਬਣਦੀ ਹੈ, ਜਾਂ ਕਿਸੇ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਦੀ ਖੁਸ਼ੀ ਲੈ ਕੇ ਹੀ ਕੋਈ ਸੰਗਤ ਬਣਦੀ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਚਾੜਨਾ ਭਰਿਓ। ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਪ੍ਰਾਪਤ ਕਰਨ ਤੋਂ ਸੰਕੋਚ ਕਰੀਏ, ਜਿਹਦੇ ਖੁਸ਼ੀ ਪ੍ਰਾਪਤ ਕਰਨ ਨਾਲ ਅਸੀਂ ਸੰਗਤ ਬਣ ਸਕਦੇ ਹੋਈਏ, ਸਾਡੀ ਅਥਾਰਟੀ ਬਣ ਸਕਦੀ ਹੋਈ, ਅਤੇ ਫਿਰ ਵੀ ਅਸੀਂ ਸੰਕੋਚੀਏ ਤਾਂ ਸਾਨੂੰ ਆਪ ਨੂੰ ਹੀ ਸੋਚਣਾ ਪਵੇਗਾ ਅਸੀਂ ਕੁਛ ਗਵਾ ਰਹੇ ਹਾਂ। ਇਸ ਲਈ ਜਿੰਨੇ ਬੈਠੇ ਨੇ ਵੀਰ ਉਹ ਆਪਣੇ ਅੰਦਰ ਚਾਤ ਮਾਰਨ, ਅਤੇ ਜਿਹੜੀ ਜਿਹੜੀ ਕਮਜ਼ੋਰੀ ਉਹਨਾਂ ਨੂੰ ਨਜ਼ਰ ਆਉਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਹੁਕਮਾਂ ਦੇ ਅਨੁਕੂਲ ਨਹੀਂ, ਉਹਨੂੰ ਦੂਰ ਕਰ ਲੈਣ ਤਾਂ ਕਿ ਸੰਗਤ ਬਣ ਜਾਏ, ਅਤੇ ਫਿਰ ਉਸ ਸੰਗਤ ਦੀ ਮੁਦਾਖਲਤ ਨਾਲ ਕਦੀ ਟਕਰਾਓ ਨਹੀਂ ਹੋਏਗਾ, ਕਦੀ ਐਸੇ ਹਾਲਾਤ ਨਹੀਂ ਪੈਦਾ ਹੋਣਗੇ ਜਿਨ੍ਹਾਂ ਤੋਂ ਪਰੇਸ਼ਾਨੀਆਂ ਪੈਦਾ ਹੋਣ। ਗੁਰੂ ਬਖਸ਼ਿਸ਼ ਕਰੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਖਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।